ਅੱਜ ਪਿੰਡ ਖੋਖਰ ਵਿੱਚ ਆਏ ਆ, ਬਹੁਤ ਵਧੀਆ ਲੱਗਾ। ਇਹ ਤੇ ਮੇਰੇ ਪੁਰਾਣੇ ਪਰਿਵਾਰ ਸਨ ਸਾਡੇ ਰੁਪਿੰਦਰ ਜੀ, ਜਿਹੜੇ ਬਲਾਕ ਸੰਮਤੀ ਗੁਰਦਾਸਪੁਰ ਦੇ ਮੈਂਬਰ ਨੇ, ਔਰ ਜੋਗਿੰਦਰ ਜੀ ਨੂੰ ਪਿਆਰ ਨਾਲ ਬਿੱਟੂ ਕਹਿੰਦੇ ਆ, ਇਹ ਸਰਪੰਚ ਸਾਹਿਬ ਨੇ, ਮੁਖਤਾਰ ਜੀ ਇਹਨਾਂ ਦੀ ਵਾਈਫ ਸਰਪੰਚ ਰਹੇ ਨੇ, ਔਰ ਅੱਜ ਸਾਰੇ ਬਾਕੀ ਮੈਂਬਰ ਨੇ ਮਿਲ ਕੇ ਜਿਹੜੀ ਆਮ ਆਦਮੀ ਪਾਰਟੀ ਦੀਆਂ ਪੰਜਾਬ ਦੇ ਵਿੱਚ ਪ੍ਰੋਗਰਾਮ, ਉਹਨਾਂ ਦੀਆਂ ਪਾਲਿਸੀਜ਼, ਔਰ ਪਿਛਲੇ 18 ਮਹੀਨਿਆਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਪ੍ਰਭਾਵਿਤ ਹੋ ਕੇ ਇਹਨਾਂ ਨੇ ਆਮ ਆਦਮੀ ਪਾਰਟੀ ਜੁਆਇਨ ਕੀਤੀ ਆ। ਇਹਨਾਂ ਨੂੰ ਮੈਂ ਪਾਰਟੀ ਦੇ ਵਿੱਚ ਆਉਣ ਲਈ ਜੀ ਆਇਆਂ ਨੂੰ ਦੇਣਾ ਵਧਾਈ ਦਿੰਦਾ, ਔਰ ਵਿਸ਼ਵਾਸ ਦਿਵਾਉਂਦਾ ਕਿ ਤੁਹਾਨੂੰ ਸਾਰਿਆਂ ਨੂੰ ਵਧੀਆ ਮਾਨ ਸਨਮਾਨ ਦੇ ਕੇ ਪਾਰਟੀ ਦੇ ਵਿੱਚ ਸ਼ਾਮਿਲ ਕੀਤਾ। ਔਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਇਸ ਪਿੰਡ ਦੇ ਵਿੱਚ ਸਾਰੇ ਪਰਿਵਾਰਾਂ ਦੇ ਨਾਲ ਤਕਰੀਬਨ ਸਾਡੇ ਤੀਜੀ ਪੀੜ੍ਹੀ ਦੇ ਸੰਬੰਧ ਨੇ, ਔਰ ਰੁਪਿੰਦਰ ਹੋਣਾ ਨਾਲ, ਬਿੱਟੂ ਹੋਣਾ ਨਾਲ ਤਾਂ ਬਹੁਤ ਲੰਬਾ ਸਮਾਂ ਇਕੱਠੇ ਪਰਿਵਾਰਿਕ ਤੌਰ ਦੇ ਉੱਪਰ ਰਹੇ ਆ। ਸੋ ਕਿਸੇ ਮੁਗਾਲਤੇ ਕਰਕੇ ਕਿਸੇ ਵਕਤ ਪਤਾ ਨਹੀਂ ਸੀ ਇਹਨਾਂ ਨੂੰ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਨਾਲ ਕਿਵੇਂ ਪੰਜਾਬ ਨੂੰ ਫਾਇਦਾ ਹੋਊਗਾ। ਜਦੋਂ ਮੈਂ 18 ਮਹੀਨਿਆਂ ਦੀ ਵੇਖਿਆ, ਗੁਰਦਾਸਪੁਰ ਦੀ ਵਰਕਿੰਗ ਵੇਖੀ, ਸੂਬੇ ਦੀ ਵਰਕਿੰਗ ਵੇਖੀ, ਤੇ ਇਹਨਾਂ ਨੇ ਮਨ ਬਣਾ ਕੇ ਜੁਆਇਨ ਕੀਤਾ। ਸੋ ਅੱਜ ਅਸੀਂ ਸਰ ਅਜੀਤ ਸਿੰਘ ਜੀ, ਜਿਹੜੇ ਅੱਜ ਸਾਡੇ ਜਿੰਨੇ ਵੀ ਪਰ ਮੇਰੇ ਪਿਤਾ ਜੀ ਦੇ, ਮੇਰੇ ਦਾਦਾ ਜੀ ਦੇ ਪਰਿਵਾਰਿਕ ਸਾਂਝ ਸੀਗੀ, ਮਹਿੰਦਰ ਸਿੰਘ ਦਾ ਬੇਟਾ ਸਰਬਜੀਤ ਹੋਣੀ ਨੇ, ਬਲਬੀਰ ਜੀ ਨੇ, ਔਲਕ ਸਾਹਿਬ ਨੇ, ਜਤਿੰਦਰ ਜੀ, ਪ੍ਰਗਟ ਜੀ ਨੇ, ਸੋ ਸਾਰੇ ਪਰਿਵਾਰ ਅੱਜ ਦੂਜੀ ਤੀਜੀ ਪੀੜ੍ਹੀ ਦੇ ਨਾਲ ਸਾਡੇ ਨਾਲ ਸੰਬੰਧਿਤ ਨੇ। ਆਪਾਂ ਇਕੱਠੇ ਮਿਲ ਕੇ ਲੋਕਾਂ ਦੇ ਜੀਵਨ ਸਤਰ ਨੂੰ ਉੱਪਰ ਚੁੱਕਣ ਲਈ, ਪਿੰਡ ਦੇ ਵਿਕਾਸ ਲਈ, ਇਲਾਕੇ ਦੇ ਵਿਕਾਸ ਲਈ ਹਰ ਪੂਰੀ ਕੋਸ਼ਿਸ਼ ਕਰਾਂਗੇ, ਤਾਂ ਕਿ ਇਹ ਜਿਹੜਾ ਬਦਲਾਵ ਪੰਜਾਬ ਦੇ ਵਿੱਚ ਆਇਆ, ਉਹਦੀ ਖੁਸ਼ਬੂ, ਉਹਦਾ ਫਾਇਦਾ ਹਰ ਇੱਕ ਨੂੰ ਮਿਲੇ। ਸੋ ਇੱਕ ਵਾਰੀ ਫਿਰ ਤੁਹਾਡਾ ਪਿੰਡ ਵਾਸੀਆਂ ਦਾ, ਨਗਰ ਵਾਸੀਆਂ ਦਾ, ਔਰ ਖਾਸ ਕਰਕੇ ਇੱਥੇ ਨਗਰ ਦੇ ਵਿੱਚ ਰਜੀਤ ਸਿੰਘ ਹੋਣਾ ਦੇ ਪਰਿਵਾਰ ਦੇ ਵਿੱਚ ਆਏ ਆ, ਸਰਬਜੀਤ ਹੋਣਾ ਦਾ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ, ਔਰ ਅੱਗੇ ਮਿਲ ਕੇ ਇੱਕ ਰੰਗਲਾ ਪੰਜਾਬ ਬਣਾਉਣ ਦੇ ਵਿੱਚ ਆਪਾਂ ਇਕੱਠੇ ਟੀਮ ਵਰਕ ਕਰਕੇ ਕੰਮ ਕਰਾਂਗੇ। ਧੰਨਵਾਦ। ਤੁਸੀਂ ਵੈਸੇ ਆਪਣੀ ਮੈਂ ਇਹ ਸਰਕਾਰ ਜੋ ਸਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਸੀਐਮ ਭਗਵੰਤ ਮਾਨ ਜੀ, ਉਹਨਾਂ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ, ਔਰ ਸਾਡੇ ਜਿਹੜੇ ਨੁਮਾਇੰਦੇ ਨੇ ਇੱਥੇ ਚੇਅਰਮੈਨ ਸਾਹਿਬ ਰਮਨ ਬੈਲ ਜੀ, ਬਹੁਤ ਵਧੀਆ ਸਰਵਿਸ ਦੇ ਰਹੇ ਆ, ਔਰ ਵਧੀਆ ਮਹਿਕਮਾ ਮਿਲਿਆ ਇਹਨਾਂ ਨੂੰ, ਉਹ ਇਹਨਾਂ ਦੀ ਮਿਹਨਤ ਦਾ ਸਦਕਾ ਹੀ ਮਿਲਿਆ। ਇਸ ਕਰਕੇ ਮੈਂ ਬਿਨਾਂ ਕਿਸੇ ਡਰ ਭੈ ਤੋਂ ਰਹਿਤ ਹੋ ਕੇ ਇਹ ਆਪਣੀ ਖੁਸ਼ੀ ਦੇ ਨਾਲ ਇਹ ਪਾਰਟੀ ਜੁਆਇਨ ਕੀਤੀ ਹੈ, ਕਿਉਂਕਿ ਮੈਂ ਲੰਮਾ ਸਮਾਂ ਸਰਕਾਰਾਂ ਦੇ ਵਿੱਚ ਰਿਹਾ, ਸਾਰੀਆਂ ਸਰਕਾਰਾਂ ਦਾ ਲਗਭਗ ਨਾਪ ਤੋਲ ਕੀਤਾ ਹੈ, ਪਰ ਜੋ ਇਹਨਾਂ ਦੀ 18 ਮਹੀਨਿਆਂ ਦੀ ਸਰਕਾਰ ਦੇ ਵਿੱਚ ਇਹਨਾਂ ਦੇ ਕੰਮ ਨੇ, ਉਹ ਪਿਛਲੀਆਂ ਸਰਕਾਰਾਂ ਵੇਲੇ ਨਹੀਂ ਹੋਏ। ਇਸ ਕਰਕੇ ਮੈਂ ਖੁਸ਼ੀ ਦੇ ਨਾਲ ਇਹਨਾਂ ਦੇ ਵਿਚਾਰਾਂ ਤੋਂ, ਔਰ ਇਹ ਪਾਰਟੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਮੈਂ ਇਹ ਪਾਰਟੀ ਨੂੰ ਅੱਜ ਜੁਆਇਨ ਕੀਤਾ ਹੈ। ਉਹਨਾਂ ਨੇ ਆਪਣੇ ਘਰ ਭਰੇ ਹਨ, ਲੇਕਿਨ ਕਿਸੇ ਦਾ ਕੁਝ ਸਵਾਲਿਆ ਨਹੀਂ। ਜੇ ਸਵਾਲਿਆ ਵੀ ਹੋਵੇ ਤਾਂ ਆਪਣੇ ਰਿਸ਼ਤੇਦਾਰਾਂ ਦਾ, ਇਹਨਾਂ ਦੀ ਜ਼ਿੰਦਗੀ ਦੀਆਂ ਦਿਲਾਂ ਮਸਾਲਾਂ ਕਿਹੜੀਆਂ ਨੇ ਸਾਡੇ ਕੋਲ ਨੇ, ਅਸੀਂ ਉਹਨਾਂ ਨੂੰ ਨਹੀਂ ਕਹਿਣਾ ਚਾਹੁੰਦੇ। ਲੇਕਿਨ ਫਿਰ ਵੀ ਤੁਹਾਡੇ ਤੱਕ ਇਸ ਗੱਲ ਨੂੰ ਪਹੁੰਚਾਉਣਾ ਚਾਹੁੰਦੇ ਹਾਂ ਕਿ ਤੁਸੀਂ ਜੋ ਕੁਝ ਵੀ ਵੇਖਿਆ ਜਾਂ ਸੁਣਿਆ ਉਹ ਕੀ ਕਰ ਰਹੀ ਹੋ। ਸਮਾਂ ਆ ਰਿਹਾ, ਲੇਕਿਨ ਇੱਕ ਇਹ ਨਹੀਂ ਹੈ ਕਿ ਸਾਡੀ ਜੋ ਸਰਕਾਰ ਹੈ, ਆਪ ਸਰਕਾਰ, ਇਹ ਜੋ ਕੁਝ ਵੀ ਕਰ ਰਹੀ ਹੈ, ਪਹਿਲੇ ਸਰਕਾਰ ਸੀ ਕਾਂਗਰਸ ਦੀ, ਕਿੰਨੇ ਮਿਨਿਸਟਰ ਉਹਨਾਂ ਦੇ ਉੱਤੇ ਨੇਹਾਂ ਤੋਂ ਕਾਬੂ ਸੀ ਨਾ, ਕਦੀ ਕਿਸੇ ਮਿਨਿਸਟਰੀ ਸ਼ਿਕਾਇਤ ਕੀਤੀ, ਕਦੀ ਉਹਨਾਂ ਚ ਕੋਈ ਸੁਣੀ ਚੁਣਿਆ, ਜਿਹਨਾਂ ਨੂੰ ਅਸੀਂ ਕਿੰਨੇ ਸਾਬਕਾ ਮਿਲੇ ਨੇ, ਸਾਬਕਾ ਮਿਨਿਸਟਰ ਨੇ, ਤੇ ਉਹਨਾਂ ਦੀ ਕੋਸ਼ਿਸ਼ ਕੀਤੀ ਜ਼ਿਆਦਾ, ਜਦ ਆਪ ਸਰਕਾਰ ਨੇ ਉਹਨਾਂ ਨੂੰ ਉਹ ਜੋ ਉਹਨਾਂ ਨੇ ਪੈਸਾ ਇਕੱਠਾ ਕੀਤਾ ਉਹਦੀ ਵਸੂਲੀ ਵਾਸਤੇ, ਕਿਉਂਕਿ ਤੁਹਾਡਾ ਪੈਸਾ ਹੋ ਤੁਹਾਡੇ ਤੱਕ, ਤੁਹਾਡੇ ਕੰਮਾਂ ਵਾਸਤੇ, ਤੁਹਾਡੇ ਵਿਕਾਸ ਵਾਸਤੇ ਉਹਨਾਂ ਨੂੰ ਅੰਦਰ ਦਿੱਤਾ ਵੀ ਇਹ ਪੈਸਾ ਤੁਹਾਡੇ ਕੋਲ ਆਇਆ ਤਾਂ ਆਇਆ ਕਿੱਥੋਂ। ਅਜਿਹੀਆਂ ਵੀ ਸਰਕਾਰਾਂ ਨੇ, ਦੂਰ ਨਹੀਂ ਜਾਂਦਾ ਮੇਰੇ ਅੱਗੇ ਰਿਸ਼ਤੇਦਾਰ ਦੀ ਅੱਗੇ, ਮੈਂ ਸਰਪੰਚ ਦੇ ਘਰ ਗਿਆ ਤੇ ਜਦੋਂ ਮੈਂ ਇਹਦੀ ਗੱਲ ਗੱਲ ਕਰੋ ਕਲੀਅਰ ਕਰੋ, ਉਹਨਾਂ ਦੇ ਇਕੱਠਾ ਪਾਟਾ ਦਾ ਸੀ ਵਿਰਾਇਣ ਪਾਰਟੀ ਸੀ, ਉਹ ਕੋਈ ਆਦਮੀ ਨਹੀਂ ਜਿਹੜਾ ਸਾਹਮਣੇ ਗੱਲ ਕਰ ਸਕੇ, ਗੱਲ ਉਹੀ ਕਰੇਗਾ ਜਿਹਨੇ ਵੇਖਿਆ ਜਾਂ ਉਹ ਗੱਲ ਕਰੇਗਾ ਜਿਹਨੂੰ ਪਿਛਲਾ ਡਰ ਨੇ, ਕਿਉਂਕਿ ਅਸਾਂ ਕਿਹੜਾ ਕੋਈ ਜਾ ਕੇ ਲੈ ਕੇ ਕੋਈ ਖਾਣਾ ਹੈ। ਹਾਂ ਬਸ ਆਪਣਾ ਮਕਸਦ ਹੈ ਖਾਣਾ।